ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਸੁਰ ਸਿੰਘ, ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਦੋਸਤੋ ਸ਼੍ਰੀ ਤਰਨ ਤਾਰਨ ਸਾਹਿਬ ਲੱਗਦਾ ਹੈਗਾ। ਵੀਰ ਸੰਦੀਪ ਸਿੰਘ ਦੇ ਕੋਲ ਆਏ ਹਾਂ ਦੋਸਤੋ, ਭੁੱਲਰ ਡੇਅਰੀ ਫਾਰਮ ਉੱਤੇ। ਅਤੇ ਡੇਲੀ ਰੂਟੀਨ ਦੇ ਵਿੱਚ ਬੇਸ਼ੱਕ ਆਪਾਂ ਦੋਸਤੋ ਤੁਹਾਨੂੰ ਪਸ਼ੂ ਇਸ ਘਰੋਂ ਦਿਖਾਈਦੇ ਆ। ਅੱਜ ਵੀ ਤਕਰੀਬਨ 3 ਪਸ਼ੂ ਜਿਹੜੇ ਵਿਕਾਊ ਆ, ਠੀਕ ਆ ਜੀ, ਜਿਹੜੇ ਆਪਾਂ ਕੱਲ੍ਹ ਸ਼ਾਇਦ ਪਰਸੋਂ ਵੀਡੀਓ ਪਾਈ ਸੀ ਉਹ ਪਸ਼ੂ ਵਿਕ ਚੁੱਕੇ, ਅਤੇ ਅੱਜ ਫਿਰ ਜਿਹੜੇ 3 ਪਸ਼ੂ ਆ ਉਹ ਅਵੇਲੇਬਲ ਹੈਗੇ ਆ। 2 ਵਹਿੜਾਂ ਦਿਖਾ ਦਾਂਗੇ, 1 ਵਹਿੜ ਬਿਲਕੁਲ ਤਾਜ਼ੀ ਸੂਈ ਸਵਾਈ ਆ ਵਿਦ ਬੱਚਾ, ਅਤੇ 1 ਸ਼ਾਹੀ ਵਾਲਾ ਅੰਗ ਦੇ ਵਿੱਚ ਤੁਹਾਨੂੰ ਅਗਲੀ ਵਹਿੜ ਦਿਖਾ ਦਾਂਗੇ, ਅਤੇ 1 ਨੀਲੀ ਰਾਵੀ ਦੀ ਮੱਝ ਦੋਸਤੋ, ਠੀਕ ਹੈ ਜੀ, ਨੀਲੀ ਰਾਵੀ ਸ਼ੌਕੀਨ ਵੀਰਾਂ ਦੇ ਲਈ, ਉਹ ਵੀ ਦਿਖਾ ਦਾਂਗੇ, ਬਿਲਕੁਲ ਤਾਜ਼ੀ ਸੂਈ ਸਵਾਈ ਆ। ਸੋ ਪਸ਼ੂ ਜਿਹੜੇ ਦੋਸਤੋ 2 ਸੂਏ ਸਵਾਏ ਨੇ, ਗੱਲਬਾਤ ਆਪਾਂ ਵੀਰ ਸੰਦੀਪ ਦੇ ਨਾਲ ਕਰ ਲਾਂਗੇ। 25 ਅਗਸਤ ਨੂੰ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ, ਸਮਾਂ ਤੁਸੀਂ ਨੋਟ ਕਰ ਲਓ, ਕੋਈ ਦੁਪਹਿਰ ਦੇ 2:30 ਦਾ ਸਮਾਂ ਹੈਗਾ। ਆ ਜਾਓ ਕਰਦੇ ਹਾਂ ਗੱਲਬਾਤ, ਪੁੱਛ ਲੈਂਦੇ ਹਾਂ ਕੀ ਡਿਟੇਲ ਹੈ ਅੱਜ ਇਹਨਾਂ ਪਸ਼ੂਆਂ ਦੀ। ਸਭ ਤੋਂ ਪਹਿਲਾਂ ਵੀਰ ਸੰਦੀਪ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ ਜੀ, ਠੀਕ ਠਾਕ ਹੋ? ਬਹੁਤ ਵਧੀਆ ਭਰਾ, ਠੀਕ ਠਾਕ ਜੀ, ਬੜੇ ਵਧੀਆ ਸੰਧੂ ਸਾਹਿਬ, ਠੀਕ ਠਾਕ ਜੀ, ਠੀਕ ਹੈ। ਹੋਰ ਸੰਦੀਪ ਭਾਈ, ਅੱਜ ਮੈਨੂੰ ਤਾਂ ਪਸ਼ੂ ਆਪਣੇ ਕੋਲ ਮਤਲਬ ਵੀ ਥੋੜੇ ਸੀ, ਪਰ ਗਾਹਕ ਭੈਣ ਭਰਾ ਕਾਫੀ ਆ। ਹਾਂਜੀ, ਗਾਹਕ ਬਹੁਤ ਜ਼ਿਆਦਾ ਸੰਦੂ ਸਾਹਿਬ ਅੱਜ ਆਇਆ ਵਾ, ਜਿਹੜੇ ਕੱਲ ਆਪਾਂ ਵੀਡੀਓ ਪਾਈ, ਇੱਕ ਉਹ ਵੀ ਸਾਰੀਆਂ ਵੇਗੀਆਂ ਤੇ 2 ਮਹੀਆਂ ਵੀ ਲਿਆਂਦੀਆਂ, ਉਹ ਵੀ ਵੇਗੀਆਂ, ਤੇ ਇਹ ਵੀ ਅੱਜ 3-2 ਵਹਿੜਾਂ ਆਪਣੇ ਕੋਲ, ਤੇ 1 ਮੈਂ ਨੀਲੀ ਦੀ ਅੱਜ ਹੀ ਆਈ ਆ। ਹਾਂਜੀ, ਤੁਹਾਡੀ ਸਵੇਰ ਦੀ ਵੇਟ ਕਰਦੇ, ਤੁਸੀਂ ਫਿਰ ਲੇਟ ਹੋ ਗਏ ਸੰਦੂ ਸਾਹਿਬ, ਹੋਰ ਕਿਸੇ ਬੰਨੇ ਚਲ ਗਏ। ਹਾਂਜੀ, ਅੱਜ ਹਨਾ 3-4 ਵਿੱਚ ਹੋਰ ਪੈਣੇ ਸੀਗੇ। ਹਾਂਜੀ 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 ਹਾਂਜੀ, ਮੈਂ ਤਾਂ ਖੰਡਿਆ ਵੀ ਅੱਜ 8-7 ਤੋਂ ਲੱਗੇ ਸੀ। ਹਾਂਜੀ, ਹੈਗੇ 5-6 ਨਾ ਕਿਹਾ ਤੁਹਾਨੂੰ ਦੱਸਿਆ ਸੀ, ਉਹਦਾ ਕਰਕੇ ਤੁਹਾਡੇ ਗਾੜੀ ਕੁਝ ਗਾਹਕ ਆਏ ਆ ਕਾਫੀ, ਉਹ ਵੇਗਿਆ ਮਾਲ। ਹਾਂਜੀ, ਅਕਸਰ ਆਉਣਾ ਹੋਇਆ ਤੇ ਗਾਹਕਾਂ ਨੇ ਚੀਜ਼ ਤਾਂ ਖਰੀਦਣੀ। ਹਾਂਜੀ ਹਾਂਜੀ ਹਾਂਜੀ, ਚਲੋ ਫਿਲਹਾਲ ਆਪਣੇ ਕੋਲ ਜਿਹੜੇ ਅੱਜ ਇਹ ਨਗ ਰਹਿ ਗਏ, 3 ਨਗ ਆ, ਇਹਨਾਂ ਵਿੱਚੋਂ ਨੀਲੀ ਦੀ ਮੈਂ 1 ਸੂਈ ਆ ਜੀ, 1 ਆ ਸ਼ਾਹੀ ਵੈੜ ਪਿਓਰ, ਇਹ ਗੱਭਣਿਆ ਜੀ, 1 ਆ ਐਚ ਐਫ ਵੈੜ ਜਿਹੜੀ ਆਪਣੇ ਕੋਲ ਸੂਈ ਆ, 13-14 ਕਿਲੋ ਬੋਲੀ ਚੱਲਦੀ, ਪਰਸੋਂ ਸ਼ਾਮਾਂ ਦੀ ਸੂਈ ਆ ਜੀ। ਠੀਕ ਆ ਜੀ। ਹਾਂਜੀ, ਵਸ਼ੀ ਮਗ ਰਿਹਾ ਜੀ। ਇਹ ਕ੍ਰੋਸ ਆ ਗਈ ਜੀ? ਹਾਂਜੀ ਹਾਂਜੀ, ਜਰਸੀ ਕ੍ਰੋਸ ਐਚ ਜਰਸੀ ਕ੍ਰੋਸ ਜੀ, ਜਰਸੀ ਕ੍ਰੋਸ, ਜਰਸੀ ਦਾ ਰੰਗ ਪੂਰਾ ਇਹਦੇ ਵਿੱਚ ਹੈਗਾ ਜੀ, ਬੂਥੀ ਬਸ ਸਾਰੀ ਜਰਸੀ ਵਾਲੀ, ਸਟਰਕਚਰ ਜਿਹੜਾ ਜਰਸੀ ਦਾ ਤੇ ਕ੍ਰੋਸ ਐਚ ਐਫ, ਠੰਡੀ ਧੀਰੀ ਬੜੀ ਸੰਧੂ ਸਾਹਿਬ, ਮੇਰਾ ਵੇਖੋ ਠੰਡੀ ਧੀਰੀ, ਇਹ ਸੀਲ ਸਭ ਪੂਰੀ ਆ, ਬਸ ਜਿਆਦਾ ਟਿਕਾਣੇ ਲੱਗਾ, ਹਵਾਨਾ ਆਰਡਰ ਦੀ ਕੁਆਲਿਟੀ ਆ, ਵੇਖ ਕੇ ਚੈੱਕ ਕਰ ਲਓ, ਮੁੱਠੀ ਥਾਣ ਸਪੇਸ ਜਿਹੜੀ ਆ ਬੇਸ਼ੱਕ 5-4 ਇੰਚ ਸਪੇਸ ਵਿੱਚ ਹੈਗੀ ਆ, ਤੇ ਬੱਚਾ ਜਿਹੜਾ ਥੱਲੇ, ਇਹ ਮੇਲ ਕਿ ਫੀਮੇਲ? ਵੱਛੀ ਆ ਜੀ, ਵੱਛੀ ਆ ਜੀ, ਫੀਮੇਲ ਆ। ਹਾਂਜੀ, ਫੀਮੇਲ ਕਾਫ ਆ ਭਰਾਵੋ, ਤੇ ਸੂਈ ਨੂੰ ਪਰਸੋਂ ਸ਼ਾਮਾਂ ਦੀ ਸੂਈ ਆ ਸੰਦਾ, ਪਰਸੋਂ ਚੌਥ ਦੀ। ਹਾਂਜੀ, ਤੇ ਬੋਲਾ ਗਾਜਰ ਕੀ ਆ? ਹੁਣ 13 ਲੀਟਰ 14 ਲੀਟਰ ਤਿਆਰ ਹੈ ਜੀ, ਬੋਲਾ ਦੇ ਥੱਲੇ, ਬਿਲਕੁਲ ਬਿਲਕੁਲ ਚਵਾਈ ਵਾਲਾ, ਜਿਹੜਾ ਚਵਾਈ ਵਾਲਾ ਸੰਦੂ ਸਾਹਿਬ, 13 ਲੀਟਰ ਜਿੱਦਾਂ ਮਰਜ਼ੀ ਕੋਈ ਮਿਲ ਲੇ, ਠੀਕ ਹੈ ਜੀ। ਹਾਂਜੀ, ਚਵਾਈ ਵਾਲਾ ਜਿਹੜਾ ਦੋਸਤੋ, ਬਿਲਕੁਲ 13 ਲੀਟਰ ਬੋਲਾ ਹਾਜ਼ਰ, ਤੇ ਥਣ ਥੁਣ ਦੀ ਤੁਸੀਂ ਆ ਸਾਈਜ਼ ਵੇਖੋ, ਕਾਫੀ ਸੋਹਣਾ ਜਿਹੜਾ ਥਣ ਦਾ ਸਾਈਜ਼ ਆ, ਮੁੱਠੀ ਥਣ ਆ, ਤੇ ਚਵਾਈ ਕਿੱਦਾਂ ਸੰਦੀਪ? ਬਹੁਤ ਜ਼ਿਆਦਾ ਚੰਗੀ ਚਵਾਈ ਆ ਸੰਦੂ ਸਾਹਿਬ। ਲਓ ਜੀ, ਆਹ ਦੇਖੋ ਜੀ ਅਗਲੇ ਥਣਾਂ ਦੀ, ਆਹ ਦੇਖੋ ਜੀ, ਲਓ ਜੀ ਆਹ ਮਗਰਲੇ ਥਣ ਕਰੋ ਚੈੱਕ, ਆਹ ਲਓ ਜੀ, ਆਹ ਲਓ, ਠੀਕ ਹੈ ਜੀ। ਭਰਾ ਭਰੂ ਬੜਾ ਵਧੀਆ ਦੋਸਤੋ, ਮੋਟਾ ਭਰਾ ਹੈਗਾ, ਧਾਰ ਜਵਾਈ ਤੁਸੀਂ ਐਨ ਤਸੱਲੀ ਨਾਲ ਵੇਖੋ ਜੀ, ਲਓ ਜੀ ਆਹ ਬਹੁਤ ਜ਼ਿਆਦਾ ਚੰਗਾ। ਮੈਂ ਕਾਹਦੀਆਂ ਗੱਲਾਂ ਜੀ, ਇਹ ਪੂਰੀ ਵਧੀਆ ਪੋਲੀ ਜਵਾਈ ਆ, ਤਾਜ਼ੀ ਸੂਈ ਸਵਾਈ, ਤੋੜ ਕੇ ਤੋੜ ਕੇ ਦਿਖਾਉਣੀ, ਤੋੜ ਕੇ ਦਿਖਾਓ ਜੀ, ਤੋੜ ਕੇ ਦਿਖਾਓ, ਰੋਜ਼ ਨਵਾਂ ਮਾਲ ਦੋਸਤੋ ਆਉਂਦਾ ਬੜੇ ਕਮਾਲ ਦਾ। ਆਹ ਵੇਖੋ ਤੁਸੀਂ, ਅੱਜ ਵੀ ਤਕਰੀਬਨ ਜਿਹੜੇ ਪਸ਼ੂ ਤੁਹਾਨੂੰ 3 ਦਿਖਾ ਦੇਣੇ ਆ ਸੰਦੂ ਸਾਹਿਬ, ਮਾਲ ਤਾਂ ਪੂਰਾ ਨਹੀਂ ਹੁੰਦਾ, ਜਿੰਨੇ ਭੈਣ ਭਰਾ ਮੰਗਦੇ ਨੇ ਆਪਣੇ ਤੋਂ, ਉਹਨਾਂ ਮਾਲ ਹੀ ਨਹੀਂ ਮਿਲਦੇ ਆ ਬਾਹਰੋਂ। ਬਿਲਕੁਲ ਜੀ, ਇਹ ਵੀ ਤੁਰ ਫਿਰ ਕੇ ਜੀ ਪਸ਼ੂ ਲੱਭਣੇ ਵੀ ਕਿਹੜਾ ਸੌਖੇ ਜੀ। ਇਹਦੀ ਮੱਛੀ ਬਹੁਤ ਜ਼ਿਆਦਾ ਸੰਦੂ ਸਾਹਿਬ ਚੰਗੀ ਆ, ਦੁੱਧ 16-17 ਤੋਂ ਮਰਦੀ ਨਹੀਂ ਜੀ। ਠੀਕ ਹੈ ਜੀ। ਹਾਂਜੀ, 16-17 ਲੀਟਰ ਬਾਈ ਸੰਦੀਪ ਕਹਿੰਦਾ ਵੀ ਮਿਲਕਿੰਗ ਜਿਹੜੀ ਆ ਪਾਉਣੀ ਚਾਹੀਦੀ ਆ, ਕਿਉਂਕਿ ਰੁੱਤ ਚੰਗੀ ਆਉਂਦੀ ਸੰਦੂ ਸਾਹਿਬ, ਰੁੱਤ ਚੰਗੀ ਗਾੜੀ, ਹੂੰ, ਰੁੱਤ ਬੜੀ ਚੰਗੀ ਆਉਂਦੀ ਗਾੜੀ ਅਗਲੇ ਮਹੀਨੇ ਨੂੰ।
ਠੀਕ ਹੈ ਜੀ, ਐਚ ਐਫ ਦੀ ਪੂਰੀ ਡਿਮਾਂਡ ਪੂਰੀ ਤੇਜ਼ੀ ਹੋ ਜਾਣੀ ਹੈ। ਹਾਂਜੀ ਹਾਂਜੀ, ਲੋਕ ਦੋਸਤੋ ਮੌਸਮ ਵੀ ਪੈ ਜਾਂਦਾ ਅੱਗੇ ਠੰਡੇ ਦਿਨ ਜਿਹੜੇ ਬਿਲਕੁਲ ਸਟਾਰਟ ਹੋ ਜਾਣੇ ਆ। ਸੋ ਚਵਾਈ ਤੁਸੀਂ ਇੱਕ ਟਾਈਮ ਕਰ ਲਓ ਵੀਰ, ਦੋ ਟਾਈਮ ਕਰ ਲਓ, ਸਵੇਰ ਪੱਕੀ ਜਿੱਦਾਂ ਮਰਜ਼ੀ। ਸੰਧੂ ਸਾਹਿਬ ਕੋਈ ਤਸੱਲੀ ਕਰਕੇ ਆਪਣੇ ਤੋਂ ਖੜ ਸਕਦਾ, ਜੇ ਕਿਸੇ ਨੇ ਨਹੀਂ ਵੀ ਚੁਣੀ ਉਹਨਾਂ ਨੂੰ ਵੀ ਮੰਗਾਉਂਦਾ, ਇੱਥੋਂ ਗਾਂ ਭੇਜ ਦਾਂਗੇ ਆਪਦੇ ਘਰ, ਪੂਰੀ ਤਸੱਲੀ ਕਰੇ। ਜੇ ਕੋਈ ਗਾਂ ਦੇ ਵਿੱਚ ਫਾਲਟ ਹੋਵੇ ਉਸੇ ਗੱਡੀ 'ਚ ਲੱਦ ਕੇ ਆਪਣੇ ਘਰ ਵਾਪਸ ਕਰ ਸਕਦਾ ਜੀ। ਸਹੀ ਹੋ ਗਿਆ। ਹਾਂਜੀ, ਮੁੱਲ ਸੰਧੂ ਸਾਹਿਬ ਕਰਾਉਣ ਭਾਵੇਂ 50 ਕਰਾਉਣ, 52 ਕਰਾਉਣ, ਮੁੱਲ ਕਰਦੇ 45,000, 62 ਦੇਵਾਂਗੇ 43,000 ਦੀ, ਉਹ 'ਚੋਂ ਵੀ ਛੋਟ ਛਪਾ ਮਾਨਦਾਨ ਕਰ ਦਾਂਗੇ ਜੀ। 43 'ਚੋਂ ਵੀ ਮਾਨਦਾਨ ਕਰ ਦਾਂਗੇ ਸੰਧੂ। ਲਓ ਵੀ ਭਰਾਵੋ, 43,000 ਦੇ ਵਿੱਚੋਂ ਛੋਟ ਛਪਾ ਮਾਨਦਾਨ, ਕੋਈ ਪਿਆਰ ਮੁਹੱਬਤ ਜਿੰਨੀ ਹੋ ਸਕੀ ਜ਼ਰੂਰ। ਠੀਕ ਹੈ ਜੀ, ਥਾਣ ਥੁਣ ਜਿਹੜਾ ਪੂਰਾ ਮੁੱਠੀ ਆ, ਉਹ ਇਹ ਨਹੀਂ ਹੈਗਾ ਵੀ ਛੋਟਾ ਜਿਹਾ ਥਾਣਾ, ਮੁੱਠੀ ਥਾਣਾ। ਠੀਕ ਹੈ ਜੀ, ਹੱਥੀ ਚਵਾਈ ਵਾਲਾ ਥਾਣਾ। ਅਤੇ ਸੋ ਕੋਈ ਵੀਰਾਂ ਦੀ ਤਸੱਲੀ ਆ, ਜ਼ਰੂਰ ਕਰਕੇ ਨਰਕ ਪਰਖ ਕਰਕੇ ਖਰੀਦ ਸਕਦਾ। ਇਸ ਤੋਂ ਬਾਅਦ ਇੱਕ ਸ਼ਾਹੀਵਾਲ ਤੋਹਫਾ ਚੀਜ਼ ਤੁਹਾਨੂੰ ਦਿਖਾਉਣੇ ਆ, ਬੰਨ ਬੁਣ ਵਾਲੀ। ਠੀਕ ਹੈ ਜੀ, ਬੰਨ ਵਾਲੀ ਪਿਓਰ ਸ਼ਾਹੀ ਵਾਲਾ ਸੰਧੂ ਸਾਹਿਬ। ਅੱਛਾ ਜੀ, ਹਾਂਜੀ, ਮੋਢੇ ਵਾਲੀ ਵਹਿੜ ਆ ਗਈ। ਪਹਿਲੇ ਸਮੇਂ 15-14 ਕਿਲੋ ਦੁੱਧ ਇਹਨੇ ਪਾਇਆ ਜੀ। ਅੱਛਾ, ਐਰਕੇ ਦੂਜਾ ਸੂਆ ਹਫ਼ਤਾ ਇੱਕ ਲੈ ਜੂਗੀ ਜੀ, ਬਿਲਕੁਲ ਸ਼ਹਿਦ ਆਉਂਦੇ ਜੀ ਸੰਧੂ ਸਾਹਿਬ। ਹਾਂਜੀ, ਹਫ਼ਤਾ ਸੂਆ ਕਿੰਨਾ, ਦੂਜਾ ਸੂਆ ਜੀ, ਦੂਜਾ ਸੂਆ। ਹਾਂਜੀ, ਪਲੀ ਜੁੜੀ ਬੜੀ ਹੈ ਜੀ। ਸੋ ਦੋਸਤੋ, ਬਿਲਕੁਲ ਨਿੱਗਰ ਬੋਡੀ ਵੇਟ ਤੁਸੀਂ ਵੇਖ ਕੇ ਚੈੱਕ ਕਰੋ, ਦੂਜਾ ਸੂਆ ਸੋਨਾ, ਇੱਕ ਹਫ਼ਤਾ ਬਾਕੀ ਆ। ਢਿੱਲ ਲਾੜ ਵਗੈਰਾ ਤੁਸੀਂ ਬਿਲਕੁਲ ਆ ਵੀਡੀਓ ਦੇ ਵਿੱਚ ਵੇਖ ਕੇ ਚੈੱਕ ਕਰ ਲਓ। ਠੀਕ ਹੈ, ਢਿੱਲਾਂ ਢੁੱਲਾਂ ਕਾਫੀ ਆ, ਹਫ਼ਤੇ ਦੇ ਵਿੱਚ ਪੂਰਾ ਹਵਾਨਾ ਚੱਡਾ ਜਿਹੜਾ ਦੋਸਤੋ ਫੁੱਲ ਬਣਾ ਕੇ ਫਿਰ ਸੂਗੀ। ਠੀਕ ਹੈ ਜੀ, ਬੰਨ ਵਾਲੀ ਆ। ਠੀਕ ਹੈ ਜੀ, ਨੋਰਮਲੀ ਥੋੜ੍ਹੀ ਜਿਹੀ ਕਿਤੇ ਨਾ ਕਿਤੇ ਕੋਈ ਵਹਿੜ ਕ੍ਰੋਸ ਹੁੰਦੀ ਆ, ਪਰ ਇੱਥੇ ਪਿਓਰ ਜਿਹੜੀ ਵਹਿੜ ਐਚ ਸ਼ਾਹੀਵਾਲ। ਠੀਕ ਹੈ ਜੀ, ਮੋਢੇ ਵਾਲੀ ਜਿਹਨੂੰ ਕਹਿ ਦਿੰਦੇ, ਮੋਢੇ ਵਾਲੀ ਬੰਨ ਵਾਲੀ। ਠੀਕ ਹੈ ਜੀ, ਹਵਾਨੇ ਦੀ ਬਣਤਰ ਵੀ ਕਾਫੀ ਸੋਹਣੀ, ਸੰਧੂ ਸਾਹਿਬ ਪੂਰਾ ਰੈੱਡ ਰੰਗ ਆ। ਹਾਂ ਬਿਲਕੁਲ, ਗੁੜ ਵਰਗਾ ਰੰਗ, ਲਾਲ ਰੰਗ ਦੇ ਵਿੱਚ ਥਣ ਥੁਣ ਲੇਵਾ, ਅੱਗੋਂ ਪਿੱਛੋਂ ਬੈਕ ਸਾਈਡ ਤੋਂ ਜਿਹੜਾ ਬਿਲਕੁਲ ਤਸੱਲੀ ਨਾਲ ਦੇਖ ਸਕਦੇ। ਇੱਕ ਹਫ਼ਤੇ ਵਿੱਚ ਦੋਸਤੋ ਜਿੰਨਾ ਵੀ ਬਣ ਸਕੀ ਜ਼ਰੂਰ ਇਹਨੇ ਬਣਨਾ। ਠੀਕ ਆ, ਅਤੇ ਤਿੱਪਣ ਤੁੱਪਣ ਜਿਹੜੀ ਪੁੱਛ ਰਹੇ ਨੇ ਸੰਦੀਪ ਭਾਈ, ਤਿੱਪਣ ਵਧੀਆ ਜ਼ਿਆਦਾ ਓਕੇ ਸੰਧੂ ਸਾਹਿਬ, ਇੱਕ ਠੰਡੀ ਗੱਡੀ ਵਿੱਚ ਲਓ। ਠੀਕ ਹੈ ਜੀ, ਅਤੇ ਕੀ ਮੁੱਲ ਰਹੂ ਕਹਿੰਦਾ ਸੰਧੂ ਸਾਹਿਬ? ਮੁੱਲ ਕਰਾਉਣ ਨੂੰ ਭਾਵੇਂ 55 ਕਰਾ ਲਓ, ਹਾਂ ਨਾ 45,000 ਦੀ ਵਛੀ ਇਹ ਵੀ ਦੇ ਦਾਂਗੇ, ਉਹਦੇ ਵਿੱਚੋਂ ਵੀ ਛੋਟ ਛਾਪਾ ਕਰ ਦਾਂਗੇ, ਮਾਨਦਾਨ ਕਰ ਦਾਂਗੇ 45 'ਚੋਂ ਵੀ। 45 'ਚੋਂ? ਹਾਂਜੀ, 45 'ਚੋਂ ਵੀ ਮਾਨਦਾਨ ਕਰ ਦਾਂਗੇ। ਠੀਕ ਹੈ ਜੀ, ਹਾਂਜੀ, 55,000 ਦੀ ਹੈ ਜਿੱਦਾਂ ਸੂਬੇ ਸੰਧੂ ਸਾਹਿਬ, ਪਰ 45 'ਚੋਂ ਵੀ ਛੋਟ ਛਾਪਾ ਆਪਾਂ ਕਰ ਦਾਂਗੇ। ਲਓ ਵੀ ਭਰਾਵੋ, 45,000 ਦੇ ਵਿੱਚੋਂ ਵੀ ਮਾਨਦਾਨ ਛੋਟ ਛਾਪਾ ਜ਼ਰੂਰ ਹੋ ਜੂਗਾ ਘਰ ਆਏ ਵੀਰਾਂ ਦਾ। ਠੀਕ ਹੈ ਜੀ, ਜ਼ਰੂਰ ਜਿਹੜਾ ਖਿਆਲ ਰੱਖਿਆ ਜਾਂਦਾ ਕਿਸੇ ਵੇਰ ਦਾ, ਜ਼ਰੂਰ ਤੁਸੀਂ ਪਹੁੰਚ ਕਰਕੇ ਤਸੱਲੀ ਕਰ ਲਿਓ। ਇੱਕ ਲਾਸਟ ਦੇ ਵਿੱਚ ਤੁਹਾਨੂੰ ਇੱਕ ਮੱਝ ਦਿਖਾਉਣੀ ਆ ਨੀਲੀ ਰਾਵੀ ਦੀ, ਅਤੇ ਤਾਜ਼ੀ ਸੂਈ ਆ ਬਿਲਕੁਲ, ਆਹ ਦੇਖੋ ਜੀ। ਠੀਕ ਹੈ ਜੀ, ਇੱਕ ਪਾਸੇ ਡਿੰਗਾ ਚੀਰ ਆ, ਟੇਢਾ ਕੱਟ ਹੈ। ਠੀਕ ਹੈ ਜੀ, ਅੱਖਾਂ ਉੱਖਾਂ ਪੂਰੀਆਂ ਤੁਸੀਂ ਵੇਖ ਸਕਦੇ ਹੋ, ਮੇਰੇ ਪੈਰਾਂ 'ਤੇ ਜਿਹੜਾ ਥੋੜ੍ਹੀ ਮਾਰਕਿੰਗ ਜਵਾਬ ਹੈਗਾ, ਮਗਲੇ ਪੈਰ ਧੋਤੇ, ਹਵਾਨੀ ਦੇ ਦਾਗ, ਅਤੇ ਤਾਜ਼ੀ ਸੂਈ ਜੀ ਵੀ, ਤਾਜ਼ੀ ਸੂਈ ਸੰਧੂ ਸਾਹਿਬ। ਲਓ ਵੀ, ਕੱਲ੍ਹ ਸਵੇਰ ਦੀ ਮੈਂ ਸੂਈ ਆ ਸੰਧੂ ਸਾਹਿਬ, 6-7 ਕਿਲੋ ਅਜੇ ਬੌਲੀ ਦੇ ਵਿੱਚ ਹੀ ਆ, ਪੂਰੀ ਖਾਲੀ ਬੜੀ ਮਿਹਨਤ ਕੀਤੀ। 6-7 ਕਿਲੋ ਬੌਲੀ ਦੋਸਤੋ ਹੁਣ ਮੌਜੂਦ ਆ। ਹਾਂਜੀ, ਅਤੇ ਕੱਲ੍ਹ ਦੀ ਸੂਈ ਆ। ਠੀਕ ਆ, ਜੇ ਸਾਫ਼ ਨਹੀਂ ਕੀਤੀ ਗੀ, ਪੂਰੀ ਖਾਲੀ ਨਹੀਂ, ਪੂਰੀ ਖਾਲੀ ਨਹੀਂ ਕੀਤੀ ਗੀ, ਮਤਲਬ ਤੀਜੇ ਡੰਗ ਦੀ ਸ਼ਾਮੀ ਚਵਾਈ ਹੋ ਗਈ। ਹਾਂਜੀ ਹਾਂਜੀ ਹਾਂਜੀ, ਤੀਜੇ ਡੰਗ ਦੀ ਜਿਹੜੀ ਚਵਾਈ ਆ ਸ਼ਾਮ ਨੂੰ ਹੋ ਜੂਗੀ, ਮਗਰ ਬੱਚਾ ਕੱਟਾ। ਹਾਂਜੀ ਹਾਂਜੀ, ਬਹੁਤ ਜ਼ਿਆਦਾ ਚੋਣ ਚਾਣ ਸੰਧੂ ਸਾਹਿਬ ਕਹਿੰਦੀ ਆ ਮੈਂ। ਠੀਕ ਆ ਜੀ, ਮੇਲ ਕਾਫ ਇਸ ਮੱਝ ਦੇ ਥੱਲੇ ਜਿਹੜਾ ਬੱਚਾ ਮੇਲ ਕਾਫ ਆ ਜੀ। ਬਾਕੀ ਥਣ ਲੇਵੇ ਦੀ ਜੇਕਰ ਦੋਸਤੋ ਮੈਂ ਗੱਲ ਕਰ ਲਵਾਂ, ਤਾਂ ਖਵਾਨਾ ਬਿਲਕੁਲ ਬਖਾਲਾ, ਬਿਲਕੁਲ ਬੈਕ ਸਾਈਡ ਤੋਂ ਵਿਖੀ ਤਾਂ ਪੱਧਰ, ਅਤੇ ਥਣ ਪੂਰਾ ਲੰਬਾਈ ਦੇ ਵਿੱਚ 10 ਕਿਲੋ ਦੁੱਧ ਸੰਧੂ ਸਾਹਿਬ ਆਰਾਮ ਨਾਲ ਦਊਂਗੀ ਮੈਂ। ਆ ਕਰੋ ਚੈੱਕ ਜੀ, ਆਹ ਦੇਖੋ ਮੱਝ ਤਾਂ ਮੱਝ ਦੋਸਤੋ, ਬਾਕੀ ਰੇਟ ਪੜਤਾ ਵੀ ਜਿਹੜਾ ਬਿਲਕੁਲ ਜਾਇਜ਼ ਜੈਨੂਅਨ ਰੇਟ ਹੋਊਗਾ,
ਤੋਂ ਕੋਈ ਵੀਰ ਵੀ ਖਰੀਦ ਸਕਦਾ ਤਸੱਲੀ। ਆਹ ਦੇਖੋ ਜੀ ਫੇਸ ਫੂਸ ਕੁਆਲਿਟੀ ਦਾ ਪੂਰਾ ਤੇ ਚਵਾਈ ਚੁਬਈ ਆਪਾਂ ਜਿਹੜੀ ਦੋਸਤੋ ਪੁੱਛ ਲੈਂਦੀ ਆਪਾਂ ਕੋਈ ਨਹੀਂ ਕਿਸਾਨ ਸਾਹਿਬ ਬਹੁਤ ਜ਼ਿਆਦਾ ਪੋਲੀ ਮੈਂ ਆ ਭੂਰ ਛਟਾ ਤਾਂ ਨਹੀਂ ਕਿਸੇ ਥਾਂ ਤੇ ਕੋਈ ਗੱਲ ਨਹੀਂ ਕੋਈ ਭੂਰ ਨਹੀਂ ਛਟਾ ਨਹੀਂ ਆਪਾਂ ਚਵਾਈ ਕਰਕੇ ਉਹ ਖਾ ਦਿੰਦੇ ਨੇ ਮੰਨ ਲਓ ਵੀ ਭਰਾ ਠੀਕ ਆ ਬੱਚਾ ਲਾ ਕੇ ਕਰਾ ਦੇ ਤੋ ਧਾਰਾਂ ਮਾਰ ਕੇ ਜਿਹੜੀਆਂ ਦੋਸਤੋ ਤਸੱਲੀ ਕਰਵਾ ਦਿੰਦੇ ਆ ਬੱਚਾ ਤੁਸੀਂ ਆ ਮਗਰ ਵੇਖ ਲਓ ਆਹ ਮੇਲ ਕਾਫ ਹੈ ਠੀਕ ਆ ਮਗਰ ਕਟਾ ਆਹ ਕਰੋ ਚੈੱਕ ਜੀ ਮਗਰਲੇ ਥਾਨ ਭਰਾਵੋ ਹੈ ਤਸੱਲੀ ਨਾ ਵੇਖ ਲਓ ਬਾਅਦ ਵਿੱਚ ਨਾ ਸੋ ਮੇਰਾ ਵੀਰ ਕੋਈ ਕੱਟਾ ਮਾਰ ਕਿਸੇ ਤਰ੍ਹਾਂ ਦੀ ਕੋਈ ਚੀਜ਼ ਨਹੀਂ ਗੀ ਆਹ ਅਗਲੇ ਥਾਣਾਂ ਦੀ ਕਰਿਓ ਮਾੜੀ ਤਸੱਲੀ ਆਹ ਵੇਖੋ ਠੀਕ ਹੈ ਜੀ ਇੱਕ ਨੰਬਰ ਚਵਾਈ ਹੈ ਭਰਾਵੋ ਅਤੇ ਕੋਈ ਭੂਰ ਨਹੀਂ ਛੱਟਾ ਨਹੀਂ ਕੋਈ ਲਹਿਣਾ ਨਹੀਂ ਕੋਈ ਦੇਣਾ ਬਿਲਕੁਲ ਪੋਲੀ ਚੰਗੀ ਚਵਾਈ ਹੈ ਪੋਲੀ ਚਵਾਈ ਹੈ ਅਤੇ ਮੱਝ ਆ ਬਾਕੀ ਮੋਟੀ ਵੇਣ ਜਿਹੜੀ ਹੈ ਦੋਸਤੋ ਦੋ ਬੰਨੇ ਮਿਲਕ ਵੇਣ ਨਜ਼ਰ ਆ ਰਹੀ ਹੈ ਤੁਹਾਨੂੰ ਵਾਲ ਖਾਂਦੀ ਹੋਈ ਸੋ ਖਲੋਣੀ ਖਲਾਣੀ ਵੇਖੋ ਹੈ ਆਹ ਦੇਖੋ ਸੰਦੀਪ ਭਾਈ ਕੀ ਜਾਂਦਾ ਫਿਰ ਲੈਣ ਦੇਣ ਭਰਾ ਕੀ ਕਰਦੇ ਸਾਹਿਬ ਮੁੱਲ ਕਰਾਉਣ ਨੂੰ 65 ਕਰਾ ਲਓ ਭਾਵੇਂ 70 ਕਰਾ ਲਓ ਹਾਂ ਨਾ 56,000 ਦੀ ਮੈਂ ਦੇ ਦਾਂਗੇ ਉਹਦੇ ਚ ਵੀ ਮਾਣ ਕਰ ਦਾਂਗੇ ਯਾਨੀ ਕਿ ਛੋੜ ਛਾਪਾ ਕਰ ਦਾਂਗੇ 55,000 ਦੀ ਦੇ ਦਾਂਗੇ ਜੀ ਸੰਦੂ ਸਾਹਿਬ ਮੈਂ ਲਓ ਜੀ ਹਾਂ ਬਿਲਕੁਲ ਭਾ ਜਾਇਜ ਚਲੋ ਆਪਾਂ ਜੇ ਭਾਣਾ ਲਈ ਤੇ ਭਾਣਾ ਹੀ ਵੀਰਾਂ ਭਰਾਵਾਂ ਨੂੰ ਆਪਾਂ ਦੇਣੀ ਆ ਮੱਝ ਇਹ ਨਹੀਂ ਗੱਲ ਵੀ ਕਿਸੇ ਨੂੰ ਆਖਣਾ ਵੀ ਜੇ ਭਾਣਾ ਵਜਾ ਡੰਗਰ ਤੇ ਮਹਿੰਗਾ ਦੋ ਜੀ ਹਾਂਜੀ ਭਾਣਾ ਲਈ ਭਾਣਾ ਦੇ ਦਾਂਗੇ ਸੰਦੂ ਸਾਹਿਬ ਲਓ ਜੀ 55,000 ਦੀ ਮੈਂ ਦੇ ਦਾਂਗੇ 55,000 ਦੀ ਦੋਸਤੋ ਆਹ ਮੱਝ ਮਿਲ ਜੂਗੀ ਤੁਹਾਨੂੰ 55,000 ਪਿਓਰ ਨੀਲੀ ਆ ਬਾਕੀ ਥਾਲੇ ਵੀ ਸਾਫ ਆ ਸਫਾਈ ਵੀ ਕਿੱਡੀ ਆ ਦੀ ਮੈਂ ਤੇ ਬੋਲੇ ਕੋਈ ਸਾਫ ਨਹੀਂ ਆਹ ਵੇਖ ਸਕਦੇ ਹੋ ਤੁਸੀਂ ਥਣ ਦਾ ਪਾਇਰ ਦਾ ਪੂਰਾ ਸੰਦੂ ਸਾਹਿਬ ਖੇੜ ਥਣ ਦੀ ਲੰਬਾਈ ਕਾਫੀ ਚੰਗੀ ਬਾਕੀ ਕੱਟ ਕੋਟ ਇੱਕ ਵਾਰੀ ਤੁਸੀਂ ਫੇਰ ਦੇਖੋ ਠੀਕ ਹੈ ਜੀ ਕੋਈ ਸ਼ੱਕ ਨਹੀਂ ਬਾਕੀ ਪਸਮਾ ਤੋਂ ਬਾਅਦ ਆਪਾਂ ਤੁਹਾਨੂੰ ਦੇਖ ਸਕਦੇ ਹਾਂ ਠੀਕ ਆ ਆਹ ਅੱਜ ਪਸ਼ੂ ਸੀ ਵੀਰ ਸੰਦੀਪ ਦੇ ਕੋਲ ਤਿੰਨ ਨਾਲ ਕਿੰਨੇ ਨਾਲ ਸੀ ਸੰਦੂ ਸਾਹਿਬ ਅੱਜ ਕੁਛ ਵੇਗੀਆਂ ਸਿਰੇ ਮਈਆਂ ਸੀ ਦੋ ਤੇ ਦੋ ਗਾਈਆਂ ਸੀ ਉਹ ਤੇ ਵੇਗੀਆਂ ਜੀ ਬਿਲਕੁਲ ਹਾਂਜੀ ਤੇ ਸੰਦੀਪ ਜੀ ਨੇ ਬੋਲ ਕੇ ਨੰਬਰ ਆਪਣਾ 83,370 ਜੀ 3939 ਸੰਦੂ ਸਾਹਿਬ ਠੀਕ ਹੈ ਜੀ ਹਾਂਜੀ ਸੰਦੂ ਸਾਹਿਬ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਸੰਦੀਪ ਪਿੰਡ ਸੁਰ ਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਪਸ਼ੂ ਆਉਂਦੇ ਰਹਿੰਦੇ ਆ ਦੋਸਤੋ ਤੁਸੀਂ ਕੰਟੈਕਟ ਜਿਹੜਾ ਬਣਾ ਕੇ ਟਾਈਮ ਟੂ ਟਾਈਮ ਨਾਲ ਰੱਖ ਸਕਦੇ ਹੋ ਪੁੱਛ ਸਕਦੇ ਹੋ ਡੇਲੀ ਕੋਈ ਨਵੇਂ ਅਪਡੇਟ ਜਿਹੜੇ ਪਸ਼ੂ ਹੈ ਦੋਸਤੋ ਹੁੰਦੇ ਰਹਿੰਦੇ ਆ ਅਤੇ ਅੱਜ ਫਿਲਹਾਲ ਇਹ ਤਾਂ ਤਿੰਨ ਨਾਗ ਜਿਹੜੇ ਤੁਹਾਨੂੰ ਦਿਖਾਉਣੇ ਸੀ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।